हाँ जी, सत श्री अकाल, नमस्ते, आदाब, इत्थे रहो चाहे फैसलाबाद। वेलकम बैक टू द न्यू वीडियो। ते अज दी जेड़ी वीडियो आ ओ तुसी फिर थंबनेल ते पढ़ चुके हो। ते जेड़ी ओह कंट्री आ उहदे बारे आपां गल करन जा रहे हां, ओह आस्ट्रेलिया। राइट नाउ आस्ट्रेलिया दा अप्रूवल रेट बहुत वधिया जेकर तुसी वीज़ा अप्लाई कर रहे हो। तां तो इस रिगार्डिंग आप इस वीडियो दे विच गल करांगे कि तुसी आस्ट्रेलिया का टूरिस्ट वीज़ा अप्लाई कर सकते हो कि नहीं कर सकते, तो डॉक्यूमेंट की चाहिए आ, चैकलिस्ट की आ, कि तुसी होटल बुकिंग दे उत्ते वीज़ा अप्लाई कर सकते हो, कि तुसी स्पोंसर दे उत्ते वीज़ा अप्लाई कर सकते हो, थोड़े को फंड किन्ने होनी चाहिए आ। यह सारिया गल्लां आप इस वीडियो दे विच करांगे, तो सारी इनफॉर्मेशन देवांगे। तो हाँ, शुरू दे विच एक होर जरूरी इनफॉर्मेशन यह भी, अपना कोई कंटैक्ट नंबर नहीं है जी। बहुत सारे दोस्त कमेंटा दे विच कंटैक्ट नंबर मंगते हैं, पर अपना कोई कंटैक्ट नंबर नहीं है। अपना कंटैक्ट हैगा सिर्फ यह इंस्टाग्राम आईडी। जे कोई मैसेज कर सकता है तो आपां नूं आ इंस्टाग्राम आईडी ते मैसेज कर लो, तो आपां उहदे नाल राबता कर लेंगे, गलबात कर लेंगे। तो जे कोई मदद साडे लायक होगी तो वह भी जरूर करांगे। हाँ, तो वीडियो वाल अगे वधदे हुए आप शुरू करते हैं वीडियो। हाँ जी, आस्ट्रेलिया बारे सारे ने सुनिया होना। तो आस्ट्रेलिया राइट नाउ टूरिस्ट वीज़े बहुत वधिया अप्रूव कर रहा है। जेकर कोई आस्ट्रेलिया टूरिस्ट वीज़ा अप्लाई करता है तो उहदा रिस्पोंस मैक्सीमम एक मंथ के विच तुहानूं उह दस रहे आ भी तुहाडा वीज़ा अप्रूव आ कि नहीं। हुण आपां अगे गल करदे आ भी आस्ट्रेलिया वीज़ा अप्लाई ਕਿਹੜੇ ਕਿਹੜੇ ਕਰ ਸਕਦੇ ਆ। ਜੇਕਰ ਤੁਸੀਂ ਸੈਲਰੀਡ ਹੋ, ਜੇਕਰ ਤੁਸੀਂ ਬਿਜ਼ਨਸ ਕਰਦੇ ਹੋ, ਜੇਕਰ ਤੁਸੀਂ ਪੜ੍ਹਦੇ ਹੋ, ਜੇਕਰ ਤੁਹਾਡਾ ਆਪਣਾ ਬਿਜ਼ਨਸ ਹੈਗਾ, ਤੁਹਾਡੇ ਕੋਲ ਸੇਵਿੰਗਸ ਵਧੀਆ ਨੇ, ਤਾਂ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ। ਅਤੇ ਜੇਕਰ ਤੁਹਾਡਾ ਕੋਈ ਉੱਥੇ ਬਲੱਡ ਰਿਲੇਸ਼ਨ ਦੇ ਵਿੱਚ ਭੈਣ ਭਰਾ ਮੰਮੀ ਡੈਡੀ ਜਾਂ ਕੋਈ ਦੋਸਤ ਮਿੱਤਰ ਹੈਗੇ ਆ, ਤਾਂ ਤੁਸੀਂ ਉਹਨਾਂ ਕੋਲੋਂ ਵੀ ਇਨਵੀਟੇਸ਼ਨ ਮੰਗਾ ਕੇ ਵੀਜ਼ਾ ਅਪਲਾਈ ਕਰ ਸਕਦੇ ਹੋ, ਅਤੇ ਵੀਜ਼ਾ ਤੁਹਾਨੂੰ ਮਿਲ ਜੂਗਾ। ਹਾਂ, ਜਿਨ੍ਹਾਂ ਦੋਸਤਾਂ ਕੋਲ ਕੋਈ ਵੀ ਰਿਲੇਸ਼ਨਸ਼ਿਪ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ, ਉਹ ਹੋਟਲ ਬੁਕਿੰਗ ਦੇ ਉੱਤੇ ਵੀਜ਼ਾ ਅਪਲਾਈ ਕਰ ਸਕਦੇ ਆ। ਹੋਟਲ ਬੁਕਿੰਗ ਦੇ ਉੱਤੇ ਵੀ ਬਹੁਤ ਸਾਰੇ ਵੀਜ਼ਾ ਅਪਰੂਵਡ ਹੁੰਦੇ ਨੇ। ਇਹ ਸਿਰਫ ਕਹਿਣ ਦੀ ਗੱਲ ਨਹੀਂ, ਤੁਸੀਂ ਯੂਟਿਊਬ ਉੱਤੇ ਗੂਗਲ ਦੇ ਉੱਤੇ ਦੇਖ ਸਕਦੇ ਹੋ। ਨਾਲੇ ਕੋਈ ਵੀ ਐਮਬੈਸੀ ਨੇ ਇਹ ਕਿਹਾ ਨਹੀਂ ਹੁੰਦਾ ਵੀ ਹਾਂ ਵੀ ਤੁਸੀਂ ਹੋਟਲ ਬੁਕਿੰਗ 'ਤੇ ਜੇ ਵੀਜ਼ਾ ਅਪਲਾਈ ਕਰੋਗੇ ਤਾਂ ਅਸੀਂ ਦੇਵਾਂਗੇ ਨਹੀਂ। ਹਾਂ, ਇਹ ਜ਼ਰੂਰ ਹੁੰਦਾ ਆ ਵੀ ਕਈ ਕੰਟਰੀਆਂ ਇਹ ਰੱਖ ਦਿੰਦੀਆਂ ਵੀ ਤੁਸੀਂ ਸਾਡੀ ਕੰਟਰੀ ਦੇ ਵਿੱਚੋਂ ਕਿਸੇ ਟੂਰਿਜ਼ਮ ਵੀ ਜਿਹੜੀ ਉੱਥੇ ਟੂਰ ਗਾਈਡ ਹੁੰਦੇ ਨੇ ਉਹਨਾਂ ਕੋਲ ਇਨਵੀਟੇਸ਼ਨ ਮੰਗਾਓਗੇ ਤਾਂ ਅਸੀਂ ਵੀਜ਼ਾ ਦੇਵਾਂਗੇ। ਮਤਲਬ ਇਸ ਤੋਂ ਇਲਾਵਾ ਹੋਰ ਕੋਈ ਵੀ ਐਡੀ ਵੱਡੀ ਰਿਕੁਆਇਰਮੈਂਟ ਨਹੀਂ ਹੁੰਦੀ। ਅਤੇ ਅਗਲੀ ਹੁਣ ਆਪਾਂ ਗੱਲ ਕਰਾਂਗੇ ਵੀ ਕਿਹੜੀਆਂ ਕਿਹੜੀਆਂ ਡਾਕੂਮੈਂਟਸ ਰਿਕੁਆਇਰਮੈਂਟ ਚਾਹੀਦੀਆਂ ਨੇ ਆਪਾਂ ਨੂੰ ਆਸਟ੍ਰੇਲੀਆ ਵੀਜ਼ਾ ਅਪਲਾਈ ਕਰਨ ਲਈ। ਹਾਂਜੀ, ਆਪਾਂ ਗੱਲ ਕਰਦੇ ਹਾਂ ਵੀ ਜੇਕਰ ਤੁਸੀਂ ਜੋਬ ਕਰਦੇ ਹੋ, ਪਹਿਲਾਂ ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਜੇਕਰ ਤੁਸੀਂ ਜੋਬ ਕਰਦੇ ਹੋ ਤਾਂ ਤੁਹਾਨੂੰ NOC ਚਾਹੀਦੀ ਆ, ਤੁਹਾਨੂੰ ਜੁਆਇਨਿੰਗ ਲੈਟਰ ਚਾਹੀਦਾ ਆ, ਤੁਹਾਨੂੰ 6 ਸੈਲਰੀ ਸਲਿੱਪਾਂ ਚਾਹੀਦੀਆਂ ਆ, ਤੁਹਾਡੇ ਸੈਲਰੀ ਅਕਾਊਂਟ ਦੀ ਸਟੇਟਮੈਂਟ ਚਾਹੀਦੀ ਆ, ਤੁਹਾਡੇ ਸੇਵਿੰਗ ਅਕਾਊਂਟ ਦੀ ਸਟੇਟਮੈਂਟ ਚਾਹੀਦੀ ਆ, ਜੇਕਰ ਤੁਹਾਡੇ ਕੋਈ FD RD ਜਾਂ ਹੋਰ ਕੋਈ ਐਸੈਟ ਹੈਗਾ ਆ ਉਹਦੀ ਵੀ ਕਾਪੀ ਚਾਹੀਦੀ ਆ, ਅਤੇ ਜੇਕਰ ਤੁਹਾਡੇ ਨਾਂ 'ਤੇ ਕੋਈ ਪ੍ਰੋਪਰਟੀ ਆ ਅਤੇ ਉਹਦੀ ਵੈਲਿਊਏਸ਼ਨ ਵੀ ਚਾਹੀਦੀ ਆ, ਜੇਕਰ ਤੁਸੀਂ CA ਰਿਪੋਰਟ ਵੀ ਬਣਾ ਕੇ ਲਾਉਣਾ ਚਾਹੁੰਦੇ ਹੋ ਤਾਂ ਉਹ ਵੀ ਲਾ ਸਕਦੇ ਹੋ ਇਹਦੇ ਵਿੱਚ ਜੀ। ਅਤੇ ਹਾਂ, ਜੋਬ ਵਾਲੇ ਪਰਸਨਸ ਨੂੰ ITR ਵੀ ਰਿਕੁਆਇਰਡ ਨੇ, ਅਤੇ ਉਹਨਾਂ ਨੂੰ ਮਿਨੀਮਮ 2 ਸਾਲ ਦੀਆਂ ITR ਤਾਂ ਚਾਹੀਦੀਆਂ, ਜੇ 3 ਸਾਲ ਦੀਆਂ ਹੈਗੀਆਂ ਤਾਂ ਬਹੁਤ ਵਧੀਆ ਗੱਲ ਆ ਜੀ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਨ੍ਹਾਂ ਦੋਸਤਾਂ ਦਾ ਆਪਣਾ ਬਿਜ਼ਨਸ ਆ ਜਾਂ ਪ੍ਰੋਪਰਾਈਟਰਸ਼ਿਪ ਆ ਜਾਂ ਕੋਈ ਡੈਰੀ ਫਰਮ ਵਗੈਰਾ ਹੈਗੀ ਆ, ਉਹਨਾਂ ਦੀ ਗੱਲ ਕਰਦੇ ਹਾਂ। ਹਾਂਜੀ, ਉਹਨਾਂ ਨੂੰ ਚਾਹੀਦੀ ਆ ਬਿਜ਼ਨਸ ਰਜਿਸਟ੍ਰੇਸ਼ਨ, ਜੇਕਰ GST ਹੈਗਾ ਆ ਤਾਂ ਉਹ ਵੀ ਲਾ ਸਕਦੇ ਆ, ਜੇਕਰ ਕਰੰਟ ਅਕਾਊਂਟ ਹੈਗਾ ਤਾਂ ਉਹਦੀ 6 ਮਹੀਨੇ ਦੀ ਸਟੇਟਮੈਂਟ ਚਾਹੀਦੀ ਆ, ਜੇਕਰ ਨਹੀਂ ਹੈਗਾ ਤਾਂ ਵੀ ਚੱਲ ਜਾਂਦਾ, ਕਿਉਂਕਿ ਕਈ ਬਿਜ਼ਨਸ ਇੰਨੇ ਵੱਡੇ ਨਹੀਂ ਹੁੰਦੇ ਜਿਨ੍ਹਾਂ ਨੂੰ ਲੋੜ ਹੋਵੇ ਕਰੰਟ ਅਕਾਊਂਟ ਦੀ ਜਾਂ GST ਦੀ। ਉਹਨਾਂ ਲਈ ਇਕੱਲੇ MSME ਵੀ ਚੱਲ ਜਾਂਦੇ ਆ ਜਾਂ ਕਾਰਪੋਰੇਸ਼ਨ ਦੇ ਬਿੱਲ ਵੀ ਚੱਲ ਜਾਂਦੇ ਆ, ਠੀਕ ਹੈ ਜੀ। ਉਸ ਤੋਂ ਮਗਰ ਆਪਾਂ ਇੱਕ ਗੱਲ ਕਰਦੇ ਹਾਂ ਵੀ ਹੋਰ ਕਿਹੜੀ ਡਾਕੂਮੈਂਟ ਰਿਕੁਆਇਰਮੈਂਟ ਆਉਂਦੀ ਆ ਬਿਜ਼ਨਸ ਵਾਲਿਆਂ ਨੂੰ। ਉਹਨਾਂ ਨੂੰ ਸੇਵਿੰਗ ਅਕਾਊਂਟ ਵੀ ਚਾਹੀਦਾ 6 ਮਹੀਨੇ
मेंटेन होवे, कोई ये ना कहे भी मैं बैलेंस पवा लैंदा तो मैनू वीज़ा मिल जाए। बैलेंस पवा लैंदा मतलब यह हुंदा भी तुसी अज ही बैलेंस पवाना, तो अंबैसी इस चीज़ नू कंसीडर नहीं करती। थोड़े कोल बैलेंस मेंटेन होना चाहिए थोड़े अकाउंट स्टेटमेंट के पिछले 6 महीनों के देखते भी क्रेडिट हो रहा कि नहीं हो रहा, ता जो थोड़ी तुसी सेविंग कर रहे हो कि नहीं, इस चीज़ नू लैके सीरीयस ही कि नहीं। यही हुंदा आ थोड़ा अकाउंट मेंटेन। मैं अगे एक स्पैशल वीडियो भी बनाई हुई है, तुसी अपने चैनल पर भी देख सकते हो भी किवें आप अकाउंट मेंटेन कर सकते हैं बैंक स्टेटमेंट नू, बैंक स्टेटमेंट नू लैके, है ना। तो इस तो मगरों आपां की चाहिए जी, रजिस्ट्रेशन चाहिए सी, GST चाहिए सी, आपां नू बैंक स्टेटमेंटा करंट की चाहिए सी, सेविंग की चाहिए है जी, उस तो मगरों सारी चीज़ा उ चाहिए ने जड़िया अपनी जॉब वाली या सैलरीड परसन आ जी। इस तो बाद आप गल करांगे जेडे दोस्त एग्रीकल्चर लैंड उन्हां कोल हैगे आ, है ना, या जेडे जिमीदारी करते आ ते खेतीबाड़ी करते आ, उन्हां दोस्तां दी गल करन जा रहा। उन्हां नूं चाहीदा जी जे फॉर्म चाहिए है जी उन्हां नूं, ते जेडी जे फॉर्म दे उत्ते इनकम मैनशनड होंदी आ या जेडी अमाउंट मैनशनड होंदी आ वो थोड़ी बैंक के ट्रांजैक्शन दिखनी चाहिए है, तो जे फॉर्म थोड़े ना ते होने चाहिए आ जिहड़ा वीज़ा अप्लाई कर रहा। तो जेकर थोड़े को ITR है ने तो बहुत वधिया गल आ, जेकर नहीं है तो भी चल जाता आ जेड़े खेतीबाड़ी करते हैं। तो बाकी सारिया रिक्वायरमेंट एज वैल एज जिमें जॉब वाले की आ, जिमें सैलड आ, जिमें बिजनेस वालों की आ, या प्रोपराइटरशिप फर्म वालों की आ, सेम उ थोड़िया भी आ। हाँ, तुम मैरिड हो तो अपना मैरिज सर्टिफिकेट लाओ, जेकर थोड़े कोई बेबी हैगा या तो उसका भी बर्थ सर्टिफिकेट लाओ, तो उसके स्कूल तो बोनाफाइड भी लाओ जी, वो लाजमी चीज़ा ने। तो जेकर थोड़े को ट्रैवल हिस्ट्री हैगी बहुत वधिया गल आ, तो जेकर नहीं हैगी तो भी जे थोड़ा फाइनैंशियल सैटअप वधिया आ तो तुसी अप्लाई कर सकते हो। जरूरी नहीं कि जिन्हें को ट्रैवल हिस्ट्री है सिर्फ उही अप्लाई कर सकते हैं, बहुत सारे केसा दे विच फ्रैश पासपोर्ट के उत्ते भी वीज़े आउंदे आ। ते ए आपां अपने चैनल के उत्ते ऑलरेडी बहुत सारे UK दे वीज़े लास्ट ईयर लाए सी, वो पोस्ट आ वीडियो, है ना, तुसी देख सकते हो। तो ए सी मतलब कि डॉक्यूमेंट चैकलिस्ट। तो हुण तुसी ये पुछोगे भी किन्ने क पैसे लग जाते हैं वीज़ा अप्लाई करन लगे, तो जे तुसी इहदी एक कोस्ट मिला के टोटल पुछदे हो फीस किन्नी आ, तकरीबन ये जे कोई कंसल्टेंट इहनू अपने अकॉर्डिंग पे करता है तो वह ला के चलो उन्हां दे फाइलिंग चार्जस वगैरह इनकलूड करके 20 to 22 हज़ार बनते हैं, कोई ये 25 हज़ार या 27 हज़ार ले लेंदे आ। तो जिहड़ी इहदी एक्चुअल अमाउंट आ वह नीयर अबाउट 11 to 12 हज़ार आउंदी आ, ते वह तुसी पे करके जेकर तुसी आप फाइलिंग कर रहे हो तो वीज़ा अप्लाई कर सकते हो। ये सारी डिटेल सी आस्ट्रेलिया वीज़ा बारे। राइट नाउ थोड़े को ट्रैवल हिस्ट्री वधिया या थोड़े फाइनैंशियल सैटअप वधिया तो तुसी वीज़ा अप्लाई कर सकते हो, वीज़ा आने के चांस बहुत ने, इसलिए तुसी राइट टाइम के उत्ते वीज़ा अप्लाई करया करो ता जो थोनू सक्सैस रेट या अप्रूवल मिल जाए। बहुत सारे दोस्त भी मैसेज करते हैं भी हाँ केड़ी कंट्री आप अप्लाई करिए अप्रूवल रेट कि, अप्रूवल रेट हर कंट्री च हुंदा आ। जेकर थोड़े को जिहड़ी डॉक्यूमेंट रिक्वायरमेंट ने वह फुलफिल ने, ता करके तुसी किसी भी कंट्री दे विच वीज़ा अप्लाई करते हैं तो थोनू वीज़ा मिलता ही मिलता है। जेकर तुसी डॉक्यूमेंट रिक्वायरमेंटा जे दुबई की भी नहीं पूरी करोगे तो वह भी थोड़ा वीज़ा डिकलाइन या रिफ्यूज़ कर दूगा। ये सी वीडियो आस्ट्रेलिया वीज़ा बारे। उम्मीद करदा थोनू वीडियो वधिया लगी होगी, जेकर वीडियो वधिया लगी तो चैनल नू सबसक्राइब कर दिओ, बैल दे नोटिफिकेशन नू ऑन कर दिओ ता जो एहो जिहा होर नवीं वीडियो थोड़े तक पहुँचदियाँ रहन। असी डेली बेसिस दे उत्ते न्यू कंट्री नू लैके नवी मतलब कि इनफॉर्मेशन लैके वीडियो पोस्ट करते रहने ता जो थोड़े तक सही जानकारी मिल सके, क्योंकि बहुत सारे दोस्त मित्र कई
ਇਹੋ ਜਿਹੇ ਏਜੰਟਾਂ ਨਾਲ ਹੈ ਨਾ ਡੀਲ ਕਰ ਲੈਂਦੇ ਆ, ਜਿਹੜੇ ਕਹਿੰਦੇ ਆ ਵੀ 15 ਲੱਖ 20 ਲੱਖ ਦੋ, ਤੁਹਾਡੀ ਰੀਚ ਕਰਾ ਦਿੰਦੇ ਆ, ਤੁਹਾਨੂੰ ਸ਼ੋਰ ਸ਼ੋਰਟ ਵੀਜ਼ਾ ਦੇ ਦਾਂਗੇ। ਹਾਂ ਦਿੰਦੇ ਹੋਣਗੇ, ਪਰ ਜਿਹੜੀ ਚੀਜ਼ 25 ਤੋਂ 30 ਹਜ਼ਾਰ ਦੇ ਵਿੱਚ ਮਿਲ ਜਾਂਦੀ ਆ, ਤੁਸੀਂ ਉਹਦੇ 15 ਤੋਂ 20 ਲੱਖ ਕਿਉਂ ਦਿਓਗੇ? ਇਹ ਕੁਐਸਚਨ ਤੁਹਾਡੇ ਕੋਲ ਆ, ਅਤੇ ਤੁਸੀਂ ਆਪ ਦੇਖ ਸਕਦੇ ਹੋ ਤੁਸੀਂ 15 ਲੱਖ ਦੇਣਾ ਆ, 10 ਲੱਖ ਦੇਣਾ, 20 ਲੱਖ ਦੇਣਾ ਆ, ਕਿ 25 ਤੋਂ 30 ਹਜ਼ਾਰ ਵਾਲੀ ਚੀਜ਼ ਆਪ ਲੈ ਲੈਣੀ ਹੈ। ਬਹੁਤ ਸਾਰੇ ਦੋਸਤ ਕਹਿਣਗੇ ਕਿ ਹਾਂ ਸਾਡੀ ਅਪਰੂਵਲ ਹੀ ਨਹੀਂ ਆਉਂਦੀ, ਅਤੇ ਅਸੀਂ ਤਾਂ ਕਰਕੇ ਹੁਣ 15-20 ਲੱਖ ਹੈ ਨਾ ਵੀ ਦੇ ਕੇ ਚਲੇ ਗਏ। ਜਾਂ ਬਹੁਤ ਸਾਰੇ ਦੋਸਤ ਕਮੈਂਟ ਵੀ ਕਰਦੇ ਆ, ਮੇਰਾ ਦੋਸਤ ਗਿਆ, ਮੇਰਾ ਭਰਾ ਗਿਆ, ਮੇਰਾ ਤਾਏ ਦਾ ਮੁੰਡਾ ਗਿਆ, ਮੇਰੇ ਮਾਸੜ ਦਾ ਮੁੰਡਾ ਗਿਆ। ਭਾਈ ਗਏ ਹੋਣਗੇ, ਜਾਣਗੇ ਵੀ ਤੁਹਾਡੀ ਜੇਬ 'ਚ ਪੈਸਾ ਆ, ਹਰੇਕ ਦੀ ਜੇਬ 'ਚ ਇੰਨਾ ਪੈਸਾ ਨਹੀਂ ਹੁੰਦਾ, ਕਈ ਲੋਕ ਨਹੀਂ ਅਫੋਰਡ ਕਰ ਸਕਦੇ। ਸੋ ਆਪਦੇ ਮਾਪਿਆਂ ਦੀ ਗੱਲ ਦੇ ਵਿੱਚ ਠੂਠਾ ਨਾ ਦਿਓ 15-20 ਲੱਖ ਵਾਲਾ ਅੱਕ ਚੱਬਣ ਲਈ, ਕਿਉਂਕਿ ਹਰੇਕ ਇਨਸਾਨ ਇੰਨੇ ਯੋਗਾ ਨਹੀਂ ਹੁੰਦਾ, ਠੀਕ ਹੈ ਜੀ। ਅਤੇ ਮੈਂ ਤਾਂ ਇਹੀ ਕਹੂੰਗਾ ਵੀ ਜਿੰਨੀ ਕੁ ਚਾਦਰ ਆ ਉਨੇ ਕੁ ਪੈਰ ਪਸਾਰੋ। ਹਾਂ ਤੁਹਾਨੂੰ 1 ਵਾਰੀ ਵੀਜ਼ਾ ਨਹੀਂ ਮਿਲੂ, 2 ਵਾਰੀ ਨਹੀਂ ਮਿਲੂ, 3 ਵਾਰੀ ਨਹੀਂ ਮਿਲੂ, 4ਵੀ ਤਾਂ ਵੀਜ਼ਾ ਮਿਲੂਗਾ, ਕਿਉਂਕਿ ਤੁਸੀਂ ਹਰ ਵਾਰੀ ਆਪਦੀ ਪ੍ਰੋਫਾਈਲ ਨੂੰ ਹੌਲੀ ਹੌਲੀ ਸਹੀ ਕਰਦੇ ਜਾਓਗੇ ਅਕੋਰਡਿੰਗ ਟੂ ਜੋ ਉਹਨਾਂ ਨੂੰ ਰਿਕੁਆਇਰਮੈਂਟਾਂ ਚਾਹੀਦੀਆਂ। ਹਾਂ ਤੁਹਾਡੀ ਪ੍ਰੋਫਾਈਲ ਦੇ ਵਿੱਚ ਮੇਜਰ ਚੇਂਜ ਨਹੀਂ ਹੋਣੇ ਚਾਹੀਦੇ, ਇਹ ਤੁਸੀਂ ਯਾਦ ਰੱਖਿਓ, ਕਿਉਂਕਿ ਅੱਜ ਤੁਸੀਂ ਪ੍ਰੋਫੈਸ਼ਨ ਟੀਚਰ ਦਾ ਦਿਖਾ ਰਹੇ ਹੋ, ਕੱਲ੍ਹ ਨੂੰ ਤੁਸੀਂ ਬਿਜ਼ਨਸਮੈਨ ਹੋਵੋ, ਇਹ ਚੀਜ਼ ਕਰੋਗੇ ਤਾਂ ਤੁਹਾਨੂੰ ਅੰਬੈਸੀਆਂ ਰਿਫਿਊਜ਼ ਕਰਨਗੀਆਂ। ਅਤੇ ਬਸ ਇੰਨੀਆਂ ਕਿ ਬੇਨਤੀਆਂ ਸੀ ਤੁਹਾਡੇ ਤਾਂ ਹੀ। ਅਤੇ ਹੁਣ ਬਹੁਤ ਸਾਰੇ ਦੋਸਤ ਕਮੈਂਟ ਇਹ ਵੀ ਕਰਨਗੇ ਵੀ ਤੁਹਾਡਾ ਆਫਿਸ ਕਿੱਥੇ ਆ? ਸਾਡਾ ਕਿਤੇ ਵੀ ਆਫਿਸ ਨਹੀਂ ਹੈਗਾ, ਅਸੀਂ ਔਨਲਾਈਨ ਡੀਲ ਕਰਦੇ ਹਾਂ। ਜੇਕਰ ਤੁਸੀਂ ਸਾਡੀਆਂ ਸਰਵਿਸਿਸ ਲੈਣਾ ਚਾਹੁੰਦੇ ਹੋ ਤਾਂ ਇੱਥੇ ਇੰਸਟਾਗ੍ਰਾਮ ID ਮੈਂਸ਼ਨਡ ਆ, ਤੁਸੀਂ ਉਹਦੇ 'ਤੇ ਮੈਸੇਜ ਕਰ ਦਿਓ, ਅਸੀਂ ਰਿਪਲਾਈ ਕਰ ਦਾਂਗੇ, ਸਾਰਿਆਂ ਦੇ ਰਿਪਲਾਈ ਕਰਦੇ ਹਾਂ। ਇਹ ਨਾ ਸੋਚੋ ਵੀ ਰਿਪਲਾਈ ਅਸੀਂ ਅੱਜ ਮੈਸੇਜ ਕੀਤਾ ਸਾਨੂੰ ਰਿਪਲਾਈ ਆਇਆ ਨਹੀਂ, ਆਜੂਗਾ ਜੀ ਮੈਸੇਜ ਦਾ ਰਿਪਲਾਈ, ਕਿਉਂਕਿ ਹਰੇਕ ਚੀਜ਼ ਨੂੰ ਟਾਈਮ ਲੱਗਦਾ, ਤੁਹਾਨੂੰ ਵੀ ਮੈਸੇਜ ਦਾ ਰਿਪਲਾਈ ਆਊਗਾ, ਅਤੇ ਮੈਸੇਜ ਕਰ ਲਿਓ। ਅਤੇ ਇਹ ਵੀਡੀਓ ਇੱਥੇ ਤੱਕ ਦੀ ਸੀ, ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਆਪਣੇ ਦੋਸਤਾਂ ਮਿੱਤਰਾਂ ਤੱਕ ਵੀਡੀਓ ਸ਼ੇਅਰ ਕਰ ਦਿਓ, ਤਾਂ ਜੋ ਉਹਨਾਂ ਨੂੰ ਵੀ ਹੈਲਪ ਮਿਲ ਸਕੇ, ਅਤੇ ਉਹ ਈਜ਼ੀ ਵੇ ਦੇ ਵਿੱਚ ਆਪਣੀ ਮਿੱਥੀ ਹੋਈ ਡੈਸਟੀਨੇਸ਼ਨ ਤੱਕ ਪਹੁੰਚ ਸਕਣ, ਚਾਹੇ ਉਹ UK ਆ, ਚਾਹੇ ਕੈਨੇਡਾ, ਚਾਹੇ ਆਸਟ੍ਰੇਲੀਆ, ਚਾਹੇ ਹੋਰ ਕੋਈ ਵੀ ਦੇਸ਼ ਦੁਨੀਆ ਦੀ ਕੰਟਰੀ ਆ ਜੀ। ਅਤੇ ਇਹ ਵੀਡੀਓ ਇੰਨੀ ਸੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਵੀਡੀਓ ਦੇਖੀ, ਟਾਈਮ ਦਿੱਤਾ। ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ, ਇੱਥੇ ਰਹੋ ਚਾਹੇ ਫੈਸਲਾਬਾਦ, ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ, ਧੰਨਵਾਦ।